सतनाम गुर अमर प्यारी करत रामदास गुर वारी पुरख श्री अर्जन सुख दानी निरपौ हर गोबिंद बखानी निर्वैर गुरु है श्री हर राय अकाल मूरत हर कृष्ण त्याय अजूनी तीग बहादुर राई सैपंगुर दशमेश सहाई गुर प्रसाद ग्रंथ गुर ज्ञाना वाहे गुरु बंदन भगवाना श्री गुर शब्द कमाए जैन जीते पंच बेकार तिन संतन को बंदना सिर चरणन पर तार सतगुरु मम बेरी कटहो निज बेरी परचार इस बेरी वै पाव सुफल बिन बेरी कर पार इस बेरी हुआ पाव सुफल बिन बेरी कर पार सतनाम श्री वाहे गुरु साहेब जी कबित पापी दे जमरियो सूल करियो ईश महाराज पर्यो फल भरियो दुख जीव विगिहान कीन जैसे मात पित निज पुत्र को बचाए लेत तैसे निज दास को पयो है रखवार चीन पापी दे जमरियो सूल करियो ईश महाराज वाहे गुरु जी का खालसा वाहिगुरु जी की फतेह। परम सन्मान योग गुरु खालसा सतसंग जीओ आप संगतां संध्या समय सतगुरु दे पावन पवित्र सोहने दरबार दीआं हाजरियां भर रहे हो कीर्तन निर्मोलक हीरा आनंद गुणी गहीरा सतगुरु दी पावन अमृत रूप बाणी दे कीर्तन दा आनंद माणिया है। हुण कथा दा समा हो रहा है। बा बाणियां कहानियां पुत सपुत करें जदों असीं बा बाणियां कहानियां पढ़दे हाँ सुनदे हाँ अपने जिहड़े पूर्वज पहले नंबर ते नानक गुरु गोबिंद सिंह पूर्ण गुर अवतार जगमग जोत बिराज रही श्री गुरु ग्रंथ मजार दसो पातशाहियां दा इतिहास पढ़दे हाँ इहदे नाल ही गुरसिख महापुरखां दी तवारीख पढ़दे हाँ अपने शहीदां दा इतिहास पढ़दे हाँ
ਤਾਂ ਬਹੁਤ ਕੁਝ ਸਿੱਖਾਂ ਨੂੰ ਮਿਲ ਜਾਂਦਾ ਹੈ। ਆਪ ਸੰਗਤਾਂ ਸ਼੍ਰੀ ਗੁਰ ਪ੍ਰਤਾਪ ਸੂਰਜ ਦੀ ਕਥਾ ਸੁਣ ਰਹੇ ਹੋ। ਸਿੱਖ ਪੰਥ ਦੇ ਮਹਾਨ ਵਿਦਵਾਨ ਚੂੜਾਮਨ ਕਵੀ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਇਤਿਹਾਸ ਨੂੰ ਕਲਮਬੰਦ ਕੀਤਾ ਹੈ। ਐਸੀ ਸੁੰਦਰ ਕਵਿਤਾ ਦੇ ਵਿੱਚ ਰਸ ਭਰਿਆ ਹੈ। ਜਿਵੇਂ ਜਿਵੇਂ ਆਪਾਂ ਸੁਣਦੇ ਹਾਂ, ਜਿਵੇਂ ਸਾਡੇ ਅੱਖਾਂ ਦੇ ਸਾਹਮਣੇ ਕੋਈ ਫਿਲਮ ਚੱਲ ਰਹੀ ਹੋਵੇ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਆਪ ਸੰਗਤਾਂ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹੋ। ਪਾਪੀ ਬ੍ਰਾਹਮਣ ਨੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਹੈ, ਪਰ ਉਹ ਕਾਮਯਾਬ ਨਹੀਂ ਹੋਇਆ। ਉਹ ਪ੍ਰਸੰਗ ਤੁਸੀਂ ਸੁਣਿਆ ਹੈ। ਉਸ ਤੋਂ ਬਾਅਦ ਉਹ ਜ਼ਹਿਰ ਵਾਲਾ ਦਹੀਂ ਕੁੱਤੇ ਨੂੰ ਪਾਇਆ ਗਿਆ। ਉਹ ਕੁੱਤਾ ਗੁਰੂ ਅਰਜਨ ਦੇਵ ਮਹਾਰਾਜ ਦੀ ਹਮੇਸ਼ਾ ਪਲੰਗ ਦੇ ਹੇਠਾਂ ਰਿਹਾ ਕਰਦਾ ਸੀ। ਗੁਰੂ ਮਹਾਰਾਜ ਦਾ ਬੜਾ ਪਿਆਰ ਸਤਿਕਾਰ ਵੀ ਲੈਂਦਾ ਸੀ। ਜਦੋਂ ਸਤਿਗੁਰੂ ਕਿਧਰੇ ਜਾਂਦੇ ਨਾਲ ਹੀ ਤੁਰ ਪੈਂਦਾ, ਜਿੱਥੇ ਖਲੋਂਦੇ ਉੱਥੇ ਨਾਲ ਹੀ ਖਲੋ ਜਾਂਦਾ, ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਮੇਸ਼ਾ ਲਈ ਹਾਜ਼ਰੀ ਪ੍ਰਵਾਨ ਕਰਦਾ। ਹਜ਼ੂਰ ਨੇ ਉਸ ਕੁੱਕਰ ਨੂੰ ਇਸ਼ਾਰਾ ਕੀਤਾ ਵੀ ਤੂੰ ਇਹ ਦਹੀਂ ਖਾ ਲੈ। ਉਸ ਕੁੱਤੇ ਨੇ ਵੀ ਕੰਨ ਪਟਕਾ ਕੇ ਸਤਿਗੁਰੂ ਮਹਾਰਾਜ ਨੂੰ ਇਹ ਜਨਾਉਣ ਦਾ ਯਤਨ ਕੀਤਾ, ਮਹਾਰਾਜ ਇਸ ਦਹੀਂ ਵਿੱਚ ਜ਼ਹਿਰ ਮਿਲੀ ਹੋਈ ਹੈ, ਜੇ ਮੈਂ ਜ਼ਹਿਰ ਵਾਲਾ ਦਹੀਂ ਖਾ ਲਿਆ ਮੈਂ ਬੇਗਤਾ ਹੋ ਕੇ ਮਰਾਂਗਾ। ਸਤਿਗੁਰੂ ਨੇ ਬਚਨ ਦਿੱਤਾ, ਤੈਨੂੰ ਬੇਗਤਾ ਨਹੀਂ ਹੋਣ ਦੇਵਾਂਗੇ, ਅਸੀਂ ਤੇਰੇ ਲੋਕ ਪਰਲੋਕ ਦੇ ਸਹਾਈ ਹੋਵਾਂਗੇ, ਤੇਰੀ ਕਲਿਆਣ ਕਰਾਂਗੇ, ਪਰ ਅਸੀਂ ਇਹ ਸਾਜਿਸ਼ ਨੂੰ ਨੰਗਾ ਕਰਨਾ ਚਾਹੁੰਦੇ ਹਾਂ, ਤੂੰ ਇਸ ਨੂੰ ਇੱਕ ਵਾਰੀ ਛਕ ਲੈ, ਜਿਹੜੀ ਬਾਅਦ ਵਿੱਚ ਹੋਵੇਗੀ ਅਸੀਂ ਜ਼ਿੰਮੇਦਾਰ ਹਾਂ। ਉਸ ਕੁੱਤੇ ਨੇ ਨਹੀਂ ਛਕ ਲਿਆ। ਥੋੜ੍ਹੇ ਚਿਰ ਬਾਅਦ ਹੀ ਸੂਲ ਉੱਠਿਆ। ਇੱਕ ਘੜੀ ਤੜਫ ਤੜਫ ਕੇ ਉਸ ਕੁੱਤੇ ਨੇ ਪ੍ਰਾਣ ਤਿਆਗ ਦਿੱਤੇ। ਕੁੱਤਾ ਬਹੁਤ ਪਿਆਰਾ ਸੀ, ਹਰ ਵੇਲੇ ਸਤਿਗੁਰੂ ਦੇ ਕੋਲ ਰਹਿੰਦਾ ਸੀ। ਉਸ ਕੁੱਤੇ ਦੀ ਦਸ਼ਾ ਨੂੰ ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਸ਼ੋਭ ਜਿਹਾ ਪੈਦਾ ਹੋਇਆ। ਉਸ ਪਾਪੀ ਪੰਡਿਤ ਨੂੰ ਬ੍ਰਾਹਮਣ ਨੂੰ ਕਹਿਣ ਲੱਗੇ, ਦੇਖ ਇਹ ਤੇਰਾ ਦਹੀਂ ਖਾ ਕੇ ਕੁੱਤਾ ਤੜਫ ਤੜਫ ਕੇ ਮਰਿਆ ਹੈ, ਤੇਰੇ ਅੰਦਰ ਵੀ ਇਹੋ ਜਿਹਾ ਸੂਲ ਉੱਠੇ ਜਿਵੇਂ ਇਹ ਕੁੱਤਾ ਦੁਖੀ ਹੋ ਕੇ ਮਰਿਆ, ਤੂੰ ਵੀ ਇਸੇ ਤਰ੍ਹਾਂ ਹੀ ਮਰੇ। ਫਿਰ ਬ੍ਰਾਹਮਣ ਦੇ ਅੰਦਰ ਸੂਲ ਪੈਦਾ ਹੋਇਆ ਅਤੇ ਉਹ ਸੂਲ ਦੇ ਨਾਲ ਬ੍ਰਾਹਮਣ ਦੀ ਵੀ ਮੌਤ ਹੋ ਗਈ। ਹੁਣ ਉਹ ਪ੍ਰਸੰਗ ਤੁਸੀਂ ਸਾਰਾ ਸੁਣਿਆ। ਜਦੋਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵੇਲੇ ਇੱਕ ਸ਼ਬਦ ਉਚਾਰਨ ਕੀਤਾ ਜੋ ਭੈਰੋਂ ਰਾਗ ਦੇ ਵਿੱਚ ਅੰਕਿਤ ਹੈ, ਭੈਰੋਂ ਮਹੱਲਾ ਪੰਜਵਾਂ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੀ ਪਾਰ ਬ੍ਰਹਮ ਆਪ,
पापी मुआ गुर परता। अपना खसम जन आप ते आया, इयाना पापी ओह आप पचाया। प्रमात पिता अपने दास का रखवाला, निंदक का माथा इहां उहां काला। जन नानक की परमेश्वर सुनी अरदास, मिलेश पापी पचिया पया निरास। एक गुरबाणी विच होर भी शब्द आउंदे, जदों ब्राह्मण दे पेट विच सूल उठिया ना, ये जिवें कट्टा डिंगदा हुंदे, इहदा अड़ाट पिया। उहदी उस हालत नूं वेख के भी गुरु महाराज ने ये शब्द उचारण किया सी, अरड़ावै बिल लावै निंदक, अपना किया पावै निंदक। ये भी शब्द इस घटना के नाल संबंधित ही सी। सो रहो विचार हुण अगे, जिवें कवि संतोख सिंह जी प्रसंग लिख रहे हैं, वो आप संगतां प्रेम दे नाल सुनो ते एक वार प्यार दे नाल आखो, सतनाम श्री वाहे गुरु साहेब जी। पापी दे ज मरियो सूल करियो ईश महाराज। कवि जी लिखते ने वो पापी ब्राह्मण मर चुकिया है, क्यों उस अकाल पुरख वाहिगुरु परमेश्वर ने उहदे अंदर सूल पैदा कर दिता, जिवें कुत्ते दे अंदर पेट विच सूल उठिया सी, उस तरह इस पापी ब्राह्मण दी भी मौत हो गई। भरियो फल भरियो दुख जीव बेकिहान कीन। जिहो जा इने कर्म कीता सी, बुरा कर्म कीता सी, उहदा फल भर लिया, फल भोग लिया, हुण पिया है मरिया, ते इहदी जिहड़ी जिंदगी सी जीवन सी ओ नाश हो गया। जैसे मात पित निज पुत्र को बचाए लेत। लोग कवि जी कहिंदे ने जिवें माता पिता अपने पुत्र नूं कोई मुसीबत आउंदी है, कोई किसे किस्म दा कोई खतरा देखदे ने, ओ अपने पुत्र नूं दौड़ के उस नूं बचा लैंदे हन। तैसे निज दास को पयो है रखवार कीन। इसे तरह अकाल पुरख वाहिगुरु परमेश्वर ने अपने दास साहिबजादे गुरु हरगोबिंद साहिब महाराज दी रखिया कीती है। निंदक हमारे जे श्रीकण कलंक महा। लोग कवि जी कहिंदे ने, सतगुरु कहिंदे ने भी जिहड़े साडे शरीक ने ओ गुरु घर दे निंदक भी ने, ते उहनां दे मत्थे ते वड्डा कलंक लग गया है। कारो मुख कारस पखारे ते न होए हीन। हुण उहनां दा उस कारस दे नाल मूंह काला हो गया है, जे हुण ओह धोण दा यतन भी करन, कुछ स्पष्टीकरण देण, सफाई पेश करन जां मुकर जाण, किसे भी यतन करन दे नाल ओह कदी लै नहीं सकदा। दिनो दिन हवै सवाई प्रभु ने लगाई आस। लो उस वाहिगुरु परमेश्वर ने ऐसी साडे जेड़े शरीक ने पृथ्वी वाल इशारा है, दिनो दिन हुण ओह जेड़ी मैल कालस वधदी ही वधदी तुरी जांदी है, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਦੇ ਮੂੰਹ ਦੇ ਉੱਤੇ ਐਸੀ ਕਾਲਸ ਵਾਹਿਗੁਰੂ ਨੇ ਲਾ ਦਿੱਤੀ ਹੈ, ਉਹ ਹੁਣ ਕਦੀ ਲੈ ਨਹੀਂ ਸਕਦੀ। ਕੁੱਲ ਤੇ ਨਾ ਜਾਏ ਅਪ ਜਾਏ ਜਸ ਜੋ ਕਮਾਏ ਲੀਨ। ਕਿ ਹੁਣ ਤੇ ਕੁੱਲ ਨੂੰ ਹੀ ਇਹਨੇ ਕਲੰਕ ਲਾ ਦਿੱਤਾ। ਇਹ ਜਿਹੜੀ ਪ੍ਰਿਥਵੀ ਦੀ ਬੰਸ ਹੈ, ਇਹਨਾਂ ਨੂੰ ਮੀਣਿਆਂ ਦੀ ਕੁੱਲ ਕਹਿੰਦੇ ਨੇ, ਮੀਣਿਆਂ ਦੀ, ਤੇ ਇਹਨੇ ਬੜਾ ਭਾਰੀ ਅਪਜਸ ਖੱਟ ਲਿਆ ਹੈ। ਹੁਣ ਪ੍ਰਿਥਵੀ ਦੀ ਤਾਂ ਵੀ ਇਸ ਤਰ੍ਹਾਂ ਬਦਨਾਮੀ ਹੋਣੀ ਹੋਣੀ ਹੈ, ਤੇ ਹੁਣ ਇਹਦੀ ਜਿਹੜੀ ਕੁੱਲ ਹੈ, ਇਹਦੀ ਬਿੰਦੀ ਕੁੱਲ ਹੈ, ਅੱਗੇ ਪਰਿਵਾਰ ਹੈ, ਉਹਨੂੰ ਵੀ ਇਸਨੇ ਕਲੰਕ ਲਾ ਦਿੱਤਾ ਹੈ। ਦਾਸ ਸਿੱਖ ਬ੍ਰਿੰਦ ਦੇਖ ਨਿੰਦਕ ਅਸੇਖ ਤਸ। ਜਿੰਨੇ ਗੁਰੂ ਘਰ ਦੇ ਦਾਸ ਸੇਵਾਦਾਰ ਨੇ ਤੇ ਹੋਰ ਗੁਰਸਿੱਖ ਮਾਈ ਭਾਈ ਨੇ, ਇਹ ਸਾਰੇ ਕੌਤਕ ਨੂੰ ਦੇਖ ਕੇ ਉਹ ਸਾਰੇ ਪ੍ਰਿਥੀਏ ਨੂੰ ਨਿੰਦ ਰਹੇ ਹਨ। ਕਲੁਖ ਬਸ਼ੇਖ ਕੀਨ ਕੌਣੇ ਸਿੱਖ ਲਾਏ ਕਰ। ਕਹਿੰਦੇ ਵੀ ਇਹਨੇ ਬਹੁਤ ਵੱਡਾ ਇਹ ਤੇ ਪਾਪ ਕੀਤਾ, ਬੜਾ ਜ਼ੁਲਮ ਕੀਤਾ, ਬੜਾ ਕਹਿਰ ਕਮਾਇਆ,
पता नहीं किनू इसने सिखा दिता। कां के बिन प्रेरे क्यों करत दे जे लोभ बिन। लो जेडे दास ने गुरु कर दे सिख ने वो गल्लां करदे ने भई किसे दे प्रेरे तो बिना ते बिना लोभ लालच दिते तो ए पापी ब्राह्मण एहो जा कारा कारनामा कारी नहीं सी सकदा। सबन को मन एम आवे बिस्माए कर। सारिया दे मन दे विच इही गल बार बार आउंदी है ते सारे हैरान भी हो रहे हन। श्री हर गोबिंद चंद आर जा बिलंद इन। कहिंदे ने गुरु महाराज दे साहिब जादे श्री गुरु हर गोबिंद साहिब महाराज दी उमर दराज होवे वाहिगुरु नूं इन्हां नूं लंबा जीवन बख्शे। कौन प्राण भंग सके प्रभु जे सहाय कर। देखो उस अकाल पुरख वाहिगुरु दी सहायता दा सदका ते साहिब जादे दी हर प्रकार हर तरह दे नाल रखिया होई है ते कौन इन्हां दे प्राणा नूं नाश कर सकदा है आप केड़ा इन्हां नूं मार सकदा है। दास ने के गम पतास नंद को उबारे क्यों ना। लोग जेड़े दासां दे गोप तो पाव है जेड़े रखवाले ने जेड़े दासां दी रखिया करदे ने गुरु महाराज ओ अपने फरजंद साहिब जादे नूं किवें नहीं बचा सकदे। भए अवतार गुरु नानक जी आए कर। सिखां दी शरदा कहिंदे वी गुरु अर्जन देव महाराज सच्चे पातशाह गुरु नानक साहिब जी दा अवतार आके प्रगट होए ने। गुरु जोत गुरु अर्जन देव महाराज दे विच विराजमान है इन्हां दे घर जो साहिबजादा गुरु हरगोबिंद साहिब महाराज ने अवतार धारिया है उन्हां विच भी गुरु दी कला गुरु दी जोत गुरु दी शक्ति वरत रही है। कुकर बलोक कर कृपा को करत गुर। हुण अगे गुरु महाराज सच्चे पातशाह ने इन्नी कि जदों विचार होई हुण सामने ओह कुत्ता मरिया होया जिहड़ा गुरु महाराज दे कोल रहिंदा सी उस कुत्ते नूं वेख के गुरु महाराज दे मन दे विच दया आई ते कुछ बचन कहन लगे। गुण को उचर कर दासन सुनायो है। उस कुत्ते दे गुणा नूं उचारण करके गुरु अर्जन देव महाराज ने अपने मुखों सुनाउणा कीता है। इहदा मतलब यह है गुरु महाराज ने बाणी विच कुत्ते दे खास गुण नूं रूप मान कीता है। स्वामी को गृहो ज्यों सदा स्वान ताइत नहीं नित नानक एह बिदहर पजो एक मन होए एक चित। कुत्ते विच स्वाम भगती दा बहुत वड्डा गुण हुंदा है ते जे मालक कुत्ते नूं झिड़के भी मारे भी तां वी उहदे पैरां ते लिटदा रहिंदा उहदा निम कदी भी हराम नहीं करदा। इह वड्डा गुण है कुत्ते दा स्वाम भगती दा। हुण उस कुत्ते दे गुण नूं वेख के गुरु अर्जन देव महाराज सच्चे पातशाह उहदी तारीफ करदे ने वी देखो ये कुत्ता किन्ना सियाणा सी किन्ना वफादार सी। रहयो हम संग जब बैठ तां प्रियंक पर। जदों असीं पलंग ते बैठ जांदे सी ते ए कुत्ता पलंग दे हेठां बैठ जांदा हमेशा साडे नाल ही रिहा करदा सी। परे रहे पर नहीं अपर सदायो है। ओह हमेशा हेठां थले पिया रहिंदा ते सानूं छड के कदे दूर नहीं सी जांदा हर वेले ए साडे नाल रह के ते साडी सेवा टहल करके हमेशा लई प्रसन्न रहिंदा। पनही को पावत निहारत उठत चले। जदों असीं किते बाहर जाणा हुंदा सी बस ए वेख लैंदा सी गुरु महाराज नूं जोड़ा पाउण लगे ने ते उठ के नाल तुर पैंदा। ऐसा सियाणा कुत्ता ए बहुत दुर्लभ मिलदा है। खरे हेर खरो रहे लांगुल हलायो है। ते जे वेखदा सी कुत्ता बई हुण गुरु महाराज खड़ गए ने खलो गए ने वेख के खड़ा हो जांदा ते खड़ा हो के भी फिर पूछ हलाउंदा सी आप लाड प्यार करिया करदा सी। ऐसो मतवान स्वान दुर्लभ न आवै पान। देख लो हुण गुणा दी तारीफ हो रही है। कवि जी कहिंदे ने हजूर कहिंदे एहो जा मतवान सियाणा कुत्ता
बहुत दुर्लभ हुंदा, छेती किते हाथ नहीं आ सकदा। आग्या दीन खफन सू छेत में दबायो है। गुरु महाराज ने सेवादारा नू आग्या कीती भी इस कुत्ते दे उते कफन पाके कपड़ा पाके बड़े अदब दे नाल सत्कार दे नाल इनू धरती विच टूआ पट के दब दियो। पर दिज हेर फेर गंगा कर जोर कहे। कुत्ते दा ते गुरु महाराज ने जिहड़ा ओहदा अंतम संस्कार सी ते ओ बड़े मर्यादा पूर्व तरीके दे नाल करवा दिता क्योंकि गुरु का वफादार सी, ए गुण दी कदर सी। हुण दूजे पासे ओ पापी ब्राह्मण सामने मरिया पिया है, ओनू वेख के माता गंगा जी दे मन दे विच कोई ख्याल आया है, हाथ जोड़ के बेनती करन लगे। मरियो ए पापी पै प्रगट पाप भयो नाहे। गुरु अर्जन देव महाराज नू माता गंगा जी बेनती करदे ने, महाराज ए पापी ब्राह्मण मरते गया है पर जेड़ा असली पाप ओ ते उगड़िया नहीं, असली जेड़ी साजिश है ओ ते नंगी नहीं हुई, इन्हां दा पर्दा फाश होना चाहिदा है। कौन हेत बेख दे मारियो चाहे नंद मेरो। इहदा की कारण है, इह जहर दे के मेरे फरजंद मेरे लाडले धन धन श्री गुरु हरगोबिंद साहिब महाराज नू क्यों मारना चाहुंदा सी। जां को कौन काज होत ठाने पाप जिसी चाहे। ऐसा भयानक होर पाप करके एदी की कार्य दी सिद्धि होनी सी भी जिस इच्छा नू लैके जिस ख्याल नू लैके एडा वड्डा इन्हें पाप कीता है भी ओदी जिहड़ी ओदा जिहड़ा राज है वो खुलना चाहिदा है, उस भेद दे बारे सानू पता लगना चाहिदा है। कैदो सिख लायो केन बने जो दुश्मन। माता गंगा जी कहिंदे जाए नू किसे ने सिखा के भेजी है क्योंकि साडे ते जानी दुश्मन भी तो बने हुए ने ना, घर दे विच ही शरीके वाले साडे नाल वैर कर रहे हन। आगे उत्पात कीन बस्त वडाली माहे। जदों असी पहला वडाली साहब रहिंदे सां उस वेले भी उन्हां ने बड़े उपद्रव कीते, साहिब जादे उते उस वेले भी इन्हां ने अटैक कीते सन। निर्णय पायो ना एहे सब को संदेह रहयो। महाराज इस गल दा कोई निर्णय नहीं हो सकिया, कोई एदी पड़ताल नहीं हो सकी भी सारिया दे मन दे विच संदेह भरम शक शुबा उसे तरह बनिया रहा है। गयो त्याग देह को बताए देह बात या है। एदी हुण महाराज चढ़ाई कर गया ब्राह्मण ते मर गया है, हुण ओ जिहड़ी विचली गल है भेत वाली ओ कौन दस सकदा है, इस तो बिना ब्राह्मण तो बिना किसी नूं होर पता भी ते नहीं है। पाप के बचन ते उठो है सूर मरियो। माता गंगा जी बेनती कर रहे ने महाराज थोड़े बचना दे नाल ही तुसीं कह दिता सीरां जिवें कुत्ते नूं सूल होया तड़फ तड़फ के मरिया तू भी इसे तरह सूल दे नाल ही मरी, ਤੁਹਾਡੇ ਬਚਨਾਂ ਦੇ ਨਾਲ ਹੀ ਸੂਲ ਉੱਠਿਆ ਤੇ ਉਹਦੇ ਨਾਲ ਹੀ ਇਹਦੀ ਮੌਤ ਹੋਈ ਹੈ। ਮਰਿਓ ਇਹ ਪ੍ਰਭੂ ਜੀ ਜਵਾਬੋ ਨਾਹੀਂ ਮਾਰਨ ਕਰੀ ਜੀ ਹੈ। ਤੇ ਹੁਣ ਮਹਾਰਾਜ ਮੇਰੀ ਬੇਨਤੀ ਹੈ ਵੀ ਹੁਣ ਇਹਨੂੰ ਮਾਰੋ ਨਾ, ਜੇ ਮਰ ਵੀ ਗਿਆ ਹੈ ਜਵਾਬੋ ਇਹਨੂੰ ਮਹਾਰਾਜ ਜਿਉਂਦਾ ਕਰੋ। ਇਹ ਹੁਣ ਮਾਤਾ ਗੰਗਾ ਜੀ ਨੇ ਬੇਨਤੀ ਇਸ ਲਈ ਕੀਤੀ ਹੈ ਵੀ ਇੱਕ ਤਾਂ ਜਿਹੜਾ ਇਹ ਰਾਜ਼ ਹੈ ਗੁਪਤ ਭੇਤ ਹੈ ਉਹ ਖੁੱਲ ਜਾਵੇ ਤੇ ਦੂਸਰਾ ਉਹਦੇ ਵਿੱਚ ਹੋਰ ਵੀ ਕਾਰਨ ਹੈ ਕਿ ਕਵੀ ਜੀ ਲਿਖਦੇ ਹਨ ਇੱਕ ਦਿਜ ਦੇਹ ਦੂਜੇ ਖੋਏ ਹੈ ਸੰਦੇਹ ਸਭ। ਲੋਕ ਪੁਰਾਣੇ ਸਮੇਂ ਦੇ ਵਿੱਚ ਬ੍ਰਾਹਮਣ ਨੂੰ ਮਾਰਨਾ ਜਾਂ ਉਹਦੀ ਮੌਤ ਹੋਣੀ ਨੂੰ ਮੌਤ ਨੂੰ ਬਹੁਤ ਬੁਰਾ ਸਮਝਦੇ ਸਨ, ਇਸੇ ਲਈ ਮਾਤਾ ਗੰਗਾ ਜੀ ਕਹਿੰਦੇ ਇੱਕ ਤਾਂ ਇਹ ਬ੍ਰਾਹਮਣ ਹੈ ਉੱਚੀ ਜਾਤੀ ਵਾਲਾ ਹੈ ਤੇ ਫਿਰ ਦੂਜੀ ਗੱਲ ਇਹ ਵੀ ਇਹਨੇ ਸਾਡੇ ਭਰਮ ਨੂੰ ਸ਼ੱਕ ਸ਼ੁਬੇ ਨੂੰ ਦੂਰ ਕਰਨਾ, ਇਹ ਤੋਂ ਬਿਨਾਂ ਸਾਨੂੰ ਕੋਈ ਹੋਰ ਦੱਸ ਵੀ ਨਹੀਂ ਸਕਦਾ ਵੀ ਇਹ ਜ਼ਹਿਰ ਕਿਸ ਨੇ ਦਿੱਤੀ ਹੈ ਕਿਉਂ ਦਿੱਤੀ ਹੈ। ਛਲ ਕੋ ਬਤਾਏ ਦੇਹ ਬੂਝ ਇਹ ਸਲੀ ਜੀ ਹੈ। ਤੇ ਮਹਾਰਾਜ ਇਹਨੂੰ ਜਿਉਂਦਾ ਕਰੋ, ਇਹ ਸਾਰੇ ਛਲ ਨੂੰ ਦੱਸੇਗਾ ਕਪਟ ਨੂੰ ਦੱਸੇਗਾ ਕਿਹਦੇ ਵੱਲੋਂ ਧੋਖਾ ਹੋਇਆ ਤੇ ਇਹਨੂੰ ਪੁੱਛ ਲੈਣਾ ਚਾਹੀਦਾ ਹੈ। ਸਭ ਕੋ ਪ੍ਰਤੀਤ ਆਏ ਦੇ ਗੋਸਨਾ ਹੈ। ਜਦੋਂ ਬ੍ਰਾਹਮਣ ਜਿਉਂਦਾ ਹੋ ਕੇ ਸਾਰੀ ਗੱਲ ਦੱਸੇਗਾ ਤੇ ਫਿਰ ਸਾਰਿਆਂ ਨੂੰ ਭਰੋਸਾ ਵੀ ਆ ਜਾਵੇਗਾ
क्योंकि हुण ब्राह्मण तो बिना होर किसे नूं तीजे बंदे नूं इस भेद दा पता ही नहीं है। नह गोप को रखाए इस मुख ते सुनी जीऐ। ते हुण मैनूं पक्का यकीन है भी इह ब्राह्मण कोई भी गल नूं गुप्त नहीं रखेगा, क्योंकि हुण इहने जिहो जिहा कीता सी उहदा फल भोग लिया है। इहदा वी हुण नवां जीवन होणा है, ते तुसीं इहदे मुख तों सारी गल सारिआं नूं सुणा दिओ, ते फिर अपने दे कोई शक नहीं होवेगा। आप के शरीक बिन पाप अस करे कौन। माता गंगा जी कहिंदे महाराज जिहड़े साडे शरीक ने ना, उन्हां तों बिना इहो जिहा होर पाप होर कौन कर सकदा है, नहीं कर सकदा। पाउ ब्रिंद लोकन में दिज ते कही जीऐ। तां वी महाराज बहुते लोकां दे विच ब्राह्मण दी मूहों आपां गल खवाईए ना, ते उह मौके दा गवाह होवेगा। ओदे मूहों जो गल निकलेगी ओनू लोग सुनगे ते ओदे उते विश्वास कर लैणगे। और सुनो बात, लोक निंदा को बखान करें। दूसरी गल माता गंगा जी कहिंदे महाराज ए भी बेनती है भी जिहड़े दुनिया दे लोक ने ते ओ साडी निंदिया भी करनगे, कई सानू बुरा भी कहणगे। बेपर मारो ताम बिखे बेद ना सकेंगे जान। क्यों उन्हां नू असली भेत बारे ते किसे नू पता नहीं लगेगा, ते बहुते लोकां ने जिहड़े विरोधी ने उन्हां ने इन्हां ने यही कहना भी जान के मार दिता, साडे ते कतल दा केस पाउण दा यतन करनगे, क्योंकि दुनिया दे विच इहो जिहा वरतारा वरतदा भी है। जदों किसे दे घरे कोई मौत हुंदी है ते कई वारी हुंदी तां सुभाविक है, पर जिहड़े विरोधी ने शरीक ने कहिंदे ने नहीं जान के मारे, फसाउण दे वास्ते जान के उह नाम लिखवा दिंदे। इसे वास्ते माता गंगा जी कहिंदे ने महाराज भी इहनूं ठीक है, फल ते हुण इहनूं मिलणा चाहीदा सी, मिल गया, पर इह जिहड़ा ब्राह्मण है हुण इह तों बिना असली जिहड़ा भेत है नहीं कोई दस सकदा। ਕੇਨ ਦਿਜ ਰਸ਼ਕ ਹੈ ਬਿਰਦ ਤੁਮਾਰੋ ਭਾਰੋ। ਫਿਰ ਮਹਾਰਾਜ ਦੇਖੋ ਜਿਹੜਾ ਸਿੱਖ ਧਰਮ ਦਾ ਸੋਲ ਹੈ ਗੋ ਗਰੀਬ ਦੀ ਰੱਖਿਆ ਗੁਰਬਾਣੀ ਦੀ ਪੱਖਿਆ। ਹੁਣ ਜਿਹੜੀ ਇਹ ਜਿਹੜੀ ਗੋ ਗਰੀਬ ਤੋਂ ਭਾਵ ਜਿਹੜੇ ਗਰੀਬ ਲੋਕ ਨੇ ਤੇ ਕੋਈ ਹੋਰ ਧਰਮੀ ਲੋਕ ਨੇ ਤੇ ਉਹਨਾਂ ਦੀ ਰੱਖਿਆ ਕਰਨੀ, ਇਹ ਆਪ ਜੀ ਦਾ ਬਿਰਦ ਹੈ, ਇਹ ਆਪ ਜੀ ਦਾ ਧਾਰਮਿਕ ਨਿਯਮ ਹੈ। ਸ਼ਿਮਹੁ ਅਪਰਾਧ ਆਪ ਪਾਪ ਪੈ ਕਿਰਪਾ ਕੋਠਾ। ਜੇ ਮਹਾਰਾਜ ਹੁਣ ਇਸ ਪਾਪੀ ਤੇ ਕਿਰਪਾ ਕਰੋ, ਇਹਨੂੰ ਜਿਉਂਦਾ ਕਰ ਦਿਓ, ਤੇ ਜਿਹੜੀ ਇਹਦੇ ਕੋਲੋਂ ਗਲਤੀ ਹੋਈ ਹੈ, ਅਪਰਾਧ ਹੋਇਆ, ਹੋਰ ਪਾਪ ਹੋਇਆ, ਉਹਨੂੰ ਮਾਫ ਕਰ ਦਿਓ। ਸਹਿਜ ਸੁਭਾਵ ਹੈ ਕਿਰਪਾਲਤਾ ਵਿਸ਼ਾਲ ਧਰੋ। ਮਹਾਰਾਜ ਆਪ ਜੀ ਦਾ ਬੜਾ ਸ਼ਾਂਤ ਸੁਭਾਵ ਹੈ ਤੇ ਕਿਰਪਾਲਤਾ ਮਿਹਰਬਾਨ ਕੀ ਧਾਰਨ ਕਰੋ। ਬਿਨਾ ਮੇਰੀ ਮਾਨੀ ਹੈ ਸਦੀਵ ਤੁਮ ਰੱਖੋ ਮਾਨ। ਮਹਾਰਾਜ ਤੁਸੀਂ ਹਮੇਸ਼ਾ ਲਈ ਮੇਰਾ ਵੀ ਮਾਨ ਰੱਖਦੇ ਹੋ, ਹੁਣ ਮੈਂ ਬੇਨਤੀ ਕਰਦੇ ਹਾਂ, ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੋ। ਕਰਿਓ ਜਿਮ ਭਰਿਓ ਤਿਮ ਮਰਿਓ ਤਾਰ ਭਰਿਓ ਅਬ। ਦੇਖੋ ਮਹਾਰਾਜ ਜੋ ਇਹਨੇ ਕੰਮ ਕੀਤਾ ਸੀ ਉਹਦਾ ਫਲ ਵੀ ਭੋਗ ਲਿਆ, ਹੁਣ ਸਾਰਿਆਂ ਦੇ ਸਾਹਮਣੇ ਧਰਤੀ ਉੱਤੇ ਮਰਿਆ ਪਿਆ ਹੈ। ਡਰਿਓ ਨਾ ਸ਼ਰੀਕ ਟਰਿਓ ਯਰਿਓ ਨਾ ਹਰਿਓ ਨਾ ਮਾਨ। ਪਰ ਮਹਾਰਾਜ ਜਿਹੜੀ ਸਾਜਿਸ਼ ਤਾਂ ਹਾਲੇ ਕੋਈ ਨੰਗੀ ਨੀ ਨਾ ਹੋਈ। ਦੇਖੋ ਜਿਹੜਾ ਤੁਹਾਡਾ ਸ਼ਰੀਕ ਹੈ, ਨਾ ਤੇ ਉਹਦੇ ਮਨ ਵਿੱਚ ਕੋਈ ਡਰ ਪੈਦਾ ਹੋਇਆ ਤੇ ਨਾ ਹੀ ਇਹੋ ਜਿਹੇ ਭੈੜੇ ਕੰਮ ਕਰਨ ਤੋਂ ਉਹ ਟਲਿਆ ਬਾਜ ਆਇਆ, ਤੇ ਨਾ ਹੀ ਉਹ ਤੋਂ ਗੁਰੂ ਕਾ ਪ੍ਰਤਾਪ ਸਹਾਰਿਆ ਜਾਂਦਾ, ਤੇ ਨਾ ਹੀ ਉਹ ਆਪਣੇ ਮਨ ਹੰਕਾਰ ਨੂੰ ਛੱਡ ਸਕਦਾ। ਗੰਗਾ ਕੇ ਬਚਨ ਸੁਣ ਬੋਲੇ ਗੁਰੂ ਅਰਜਨ। ਆਪਣੇ ਮਹਿਲ ਮਾਤਾ ਗੰਗਾ ਜੀ ਤੋਂ ਇਹ ਬੇਨਤੀ ਸੁਣ ਕੇ ਅੱਗੋਂ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਹਨ। ਪਾਪੀ ਦੰਡ ਦੇਣ ਯੋਗ ਦੋਸ਼ ਨਾ ਪਛਾਣ ਕੋਏ। ਕਹਿਣ ਲੱਗੇ ਗੰਗਾ ਜੀ ਇਹ ਪਾਪੀ ਦੰਡ ਦੇਣ ਦੇ ਯੋਗ ਸੀ, ਇਹਨੂੰ ਸਜ਼ਾ ਢੁਕਵੀਂ ਮਿਲੀ ਹੈ, ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਸਾਡੇ ਤੇ, ਕੋਈ ਸਾਡੇ ਤੇ ਕੋਈ ਇਲਜ਼ਾਮ ਨਹੀਂ ਲਾ ਸਕਦਾ, ਕੋਈ ਸਾਡੇ ਤੇ ਦੋਸ਼ ਨਹੀਂ ਆਰੋਪ ਸਕਦਾ। ਬਾਲਕ ਹਤਨ ਪੁਨ ਨਿਮਕ ਹਮਾਰੋ ਖਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੰਗਾ ਜੀ ਦੇਖੋ ਗੁਰੂ ਘਰ ਦਾ ਨਿਮਕ ਖਾ ਕੇ ਇਹਨੇ ਹਰਾਮ ਕੀਤਾ, ਤੇ ਦੂਜੀ ਗੱਲ ਇਹ ਹੁਣ ਇਹ ਬਾਲਕ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨਾ ਚਾਹੁੰਦਾ, ਬੱਚਿਆਂ ਨਾਲ ਕਾਹਦੀ ਦੁਸ਼ਮਣੀ ਹੁੰਦੀ ਹੈ, ਕਿਉਂ ਇਸਨੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ। ਫੇਰ ਗੁਰੂ ਧਾਮ ਕੋ ਅਦਾਇ ਬਨਾ ਕੀਨ ਜੋਏ। ਦੇਖੋ ਗੁਰੂ ਨਾਨਕ ਦਾ ਘਰ ਹੈ, ਲੋਕ ਇਹਦੇ ਅੱਗੇ ਸਿਰ ਝੁਕਾਉਂਦੇ ਨੇ,
इहदा अदब करदे ने, सत्कार करदे ने, पूजा करदे ने, प्रतिष्ठा करदे ने, पर इहने गुरु घर दा अदब सत्कार भी कायम नहीं रखिया। ऐसो बड़ो काल मल धारी ना गिलान मन। ये ऐसा वड्डा पापी है, देख लो इसने कोर पाप करन तो पूरा भी नफरत नहीं कीती मन विच। कौन जाने कैसे कीन मूर्ख निलाज होए। पर कौन जानदा भी इस मूर्ख ने निरलज होके बेशर्म होके एहो जा कोर अपराध क्यों कीता है। क्यों तू एम बात कहे बेपर को जवायो चाहे। कहंदे ने गंगा जी तुसी एहो जी गल क्यों आख रहे हो भी ब्राह्मण नु जिंदा करो, पापी नु सजा मिली है, इस साहिब जादे नु मारना चाहुंदा सी, हुण इहदी अपनी मौत हो गई है, तू दुबारा फिर इहनु ज्योंदा रखना चाहुंदी है। काष्ट मैं पाए दहें लेह फड़ मृत सोए। असीं ते इह आखांगे भी इहदी इहनु चिखा विच पा के इहदा संस्कार कर देना चाहीदा, ते इहनु मौत दा फल मिलिया, मौत दी सजा मिली है, हुण इहदा अंतम संस्कार किया जावे, इस तो बाद होर कुछ नहीं होना चाहिदा। गुरु बाक सुन के बखानी गंग पुन पानी पुन। माता गंगा जी ने गुरु महाराज के बचना नु सुन के फिर दोबारा बेनती करन लगी। सुनी मैं कहानी कान बड़े पुरखान की। कहती है माता गंगा, जेडे वड्डे पुरुष ने ना, महापुरख ने, उन्ना दी मैं कहानी सुनी है, मैं उन्हां दी एक साखी सुनी है। तुम सो पनत ना बनत महा मत आप। महाराज थोड़े सामने मेरा कहना बनदा ते नहीं, तुसी क्योंकि बहुत उच्ची बुद्धि दे मालक हो, ते मैं आप जी दे सामने कोई गल करा, कोई थानू दलील देवा, कोई कहानी कोई साखी सुनावा, ये गल ढुकदी नहीं है। तो सो प्रसंग पाए कहो अठ ठान की। तां वी हुण चल रहा ना प्रसंग, प्रकरण चल रहा है, ते मैं हठ दे नाल तुहाडे चरणा विच बेनती करनी चाहुंदी हां। जज दोषवान होए देह को ना दंड देहे। मैं ए सुनिया है जेडे हिंदू मत दे धर्म ग्रंथ ने मनु सिमरती ओदे विच लिखिया होया वी जेड़ा ब्राह्मण है चाहे ओ दोषवान भी क्यों ना होवे, कसूरवार भी क्यों ना होवे, पर ओनू मौत दा दंड नहीं देना चाहिए। ਇਹ ਬ੍ਰਾਹਮਣਾਂ ਦੇ ਨਾਲ ਲਿਹਾਜ ਕੀਤੀ ਗਈ ਹੈ। ਕਹਿੰਦੇ ਬ੍ਰਾਹਮਣ ਤੋਂ ਚਾਹੇ ਕਿੱਡਾ ਵੱਡਾ ਵੀ ਘੋਰ ਪਾਪ ਹੋ ਜਾਵੇ, ਪਰ ਉਹਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ। ਅਪਰ ਅਨੇਕ ਵਿਦ ਠਾਣੇ ਜਮ ਜਾਣ ਕੀ। ਤੇ ਮੌਤ ਦੀ ਸਜ਼ਾ ਬਦਲ ਕੇ ਹੋਰ ਕਿਸੇ ਦੂਜੇ ਤਰੀਕੇ ਦੇ ਨਾਲ ਉਹਨੂੰ ਉਮਰ ਕੈਦ ਜਾਂ ਕੋਈ ਹੋਰ ਕੋਈ ਉਹਦੀ ਜੇਲ ਜਾਂ ਕੋਈ ਹੋਰ ਉਹਦੇ ਬਾਰੇ ਕੋਈ ਨਾ ਕੋਈ ਉਹਦੀ ਕੋਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੁੰਦੀ ਹੈ। ਖੋਟਾਨ ਕੋ ਖੋਟ ਪ੍ਰਗਟਾਵੇ ਗੋ ਸੋ ਦਿਜ ਜੀਵ। ਜਦੋਂ ਬ੍ਰਾਹਮਣ ਜਿਉਂਦਾ ਹੋ ਜਾਵੇਗਾ ਤੇ ਜਿਹੜੇ ਬੰਦਿਆਂ ਨੇ ਖੁਟਿਆਈ ਕੀਤੀ ਹੈ ਉਹਨਾਂ ਦੀ ਖੋਟ ਉਹਨਾਂ ਦੀ ਖਾਮੀ ਇਹ ਪ੍ਰਗਟ ਕਰੇਗਾ। ਜਾਂ ਤੇ ਮੇਰੀ ਬੇਨਤੀ ਸੋ ਮਾਨੋ ਤੀਏ ਬਾਨ ਕੀ। ਮਹਾਰਾਜ ਮੇਰਾ ਵੀ ਬੀਬੀਆਂ ਵਾਲਾ ਸੁਭਾਅ ਹੈ, ਹਠੀ ਹੁੰਦਾ ਨਾ ਕਈ ਵਾਰੀ ਸਾਡੇ ਘਰਾਂ ਵਿਚ ਵੀ ਬੀਬੀਆਂ ਕਹਿੰਦੀਆਂ ਆਹ ਗੱਲ ਹੋਣੀ ਚਾਹੀਦੀ ਹੈ, ਮੰਨਣੀ ਪੈਂਦੀ ਹੈ। ਤੇ ਮਾਤਾ ਗੰਗਾ ਵੀ ਕਹਿੰਦੀ ਮਹਾਰਾਜ ਮੇਰਾ ਬੀਬੀਆਂ ਵਾਲਾ ਮਾਈਆਂ ਵਾਲਾ ਸੁਭਾਵ ਹੈ ਵੀ ਅਸੀਂ ਹੱਠ ਵੀ ਕਰ ਲੈਣੀ ਹੈ, ਤੇ ਮੇਰੀ ਬੇਨਤੀ ਜ਼ਰੂਰ ਮੰਨ ਲਵੋ। ਸ੍ਰੀ ਗੁਰੂ ਸੋ ਜਾਣੀ ਬਿਨੈ ਠਾਣੀ ਮਨ ਮਾਨੀ ਪੁਨ। ਲਓ ਜਦੋਂ ਗੁਰੂ ਮਹਾਰਾਜ ਨੇ ਸੋਚਿਆ ਵੀ ਮਾਤਾ ਗੰਗਾ ਜੀ ਦਾ ਵੀ ਪੱਕਾ ਖਿਆਲ ਹੈ ਤੇ ਕੁਛ ਗੱਲਾਂ ਠੀਕ ਵੀ ਸੀ, ਇਹ ਤੋਂ ਬਿਨਾਂ ਅਸਲੀ ਸਾਜਿਸ਼ ਦਾ ਪਤਾ ਵੀ ਨਹੀਂ ਸੀ ਲੱਗਣਾ, ਤੇ ਇਹਨੇ ਬੇਨਤੀ ਕੀਤੀ ਹੈ ਤੇ ਇਹਦੀ ਮੰਨ ਲੈਣੀ ਚਾਹੀਦੀ ਹੈ। ਮੰਤਰ ਸਤਨਾਮ ਕੋ ਪਠੋ ਹੈ ਜਲ ਹਾਥ ਲੀਨ। ਗੁਰੂ ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ, ਸੇਵਾਦਾਰ ਨੂੰ ਕਹਿ ਕੇ ਜਲ ਮੰਗਵਾਇਆ, ਤੇ ਜਲ ਮੰਗਵਾ ਕੇ ਆਪਣੇ ਹੱਥ ਵਿੱਚ ਉਹ ਜਲ ਦਾ ਬਰਤਨ ਪਕੜਿਆ, ਤੇ ਗੁਰੂ ਮਹਾਰਾਜ ਨੇ ਸਤਨਾਮ ਵਾਹਿਗੁਰੂ ਇਹ ਮੰਤਰ ਉਚਾਰਨ ਕਰਕੇ ਸ਼ਿਰਕਿਓ ਬਦਨ ਪਰ ਸਗਰੇ ਸ਼ਰੀਰ ਫੇਰ। ਬ੍ਰਾਹਮਣ ਮਰਿਆ ਪਿਆ ਸੀ ਤੇ ਉਹਦੇ ਪਹਿਲਾਂ ਮੂੰਹ ਤੇ ਜਲ ਛਿੜਕਿਆ, ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਫਿਰ ਸਾਰੇ ਸਰੀਰ ਤੇ ਜਲ ਛਿੜਕ ਦਿੱਤਾ। ਜੀਵ ਉਠਿਓ ਮੂੜ ਮਤ ਕਪਟ ਜੋ ਗੂੜ ਕੀਨ। ਮੂਰਖ ਮਤ ਵਾਲਾ ਬ੍ਰਾਹਮਣ ਸੀ ਜਿਹਨੇ ਬੜਾ ਗੁੱਝਾ ਕਪਟ ਛਲ ਧੋਖਾ ਕੀਤਾ ਸੀ, ਤੇ ਜਦੋਂ ਗੁਰੂ ਮਹਾਰਾਜ ਨੇ ਸਤਨਾਮ ਵਾਹਿਗੁਰੂ ਕਹਿ ਕੇ ਇਹਦੇ ਉੱਤੇ ਜਲ ਛਿੜਕਿਆ ਤੇ ਇਹ ਜੀਵ ਉੱਠਿਆ,
ਭਾਵ ਇਹ ਜਿਉਂਦਾ ਹੋਇਆ ਤੇ ਉੱਠ ਕੇ ਬੈਠ ਗਿਆ। ਜੈਸੇ ਗਾੜ ਨਿੰਦਰਾ ਮੈਂ ਸੁਪਤ ਚਿਰੰਕਾਰ ਹੂੰ ਕੋ। ਕਵੀ ਜੀ ਕਹਿੰਦੇ ਨੇ ਹੁਣ ਇਹ ਗੱਲ ਇਸ ਤਰ੍ਹਾਂ ਹੈ ਜਿਵੇਂ ਕੋਈ ਆਦਮੀ ਬਹੁਤ ਗੂੜੀ ਨੀਂਦ ਵਿੱਚ ਕੋਈ ਸੁੱਤਾ ਪਿਆ ਹੋਵੇ ਬੜੇ ਲੰਬੇ ਸਮੇਂ ਤੋਂ। ਜਾਗ ਪਰਿਉਤਾਤ ਕਾਲ ਸਾਰੀ ਸੁੱਧ ਤੈਸੇ ਚੀ। ਹੁਣ ਜਿਵੇਂ ਕੋਈ ਸੁੱਤਾ ਪਿਆ ਜਾਗ ਪੈਂਦਾ ਉਹ ਮੌਤ ਦੀ ਨੀਂਦ ਤੋਂ ਜਾਗ ਖੁੱਲ ਗਈ ਹੈ ਤੇ ਫਿਰ ਬੜੀ ਛੇਤੀ ਇਹ ਉੱਠ ਕੇ ਬੈਠ ਗਿਆ। ਹੁਣ ਇਹਨੂੰ ਸਾਰੀ ਖਬਰਸਾਰ ਲੈਣ ਵਾਸਤੇ ਗੁਰੂ ਮਹਾਰਾਜ ਨੇ ਇਹਨੂੰ ਦੁਬਾਰਾ ਜਿਉਂਦਾ ਕੀਤਾ ਹੈ। ਤੇਰੇ ਚਹੁ ਔਰ ਬੈਠੇ ਨਰ ਪਰਵਾਰ ਕਰ। ਜਦੋਂ ਬ੍ਰਾਹਮਣ ਜਿਉਂਦਾ ਹੋਇਆ ਨਾ ਤੇ ਇੱਧਰ ਉੱਧਰ ਵੇਖਣ ਲੱਗਿਆ, ਵੇਖਿਆ ਵੀ ਚਾਰੇ ਪਾਸੇ ਗੁਰੂ ਮਹਾਰਾਜ ਦਾ ਪਰਿਵਾਰ, ਦਾਸ, ਗੁਰਸਿੱਖ, ਸੰਗਤਾਂ ਬਹੁ ਗਿਣਤੀ ਵਿੱਚ ਇਕੱਤਰ ਹੋਈਆਂ ਹਨ। ਸਿਮਰੀ ਖੁਟਾਈ ਨਿਜ ਲੋਚਨ ਨਵਾਏ ਦੀ। ਜਦੋਂ ਇਹਨੂੰ ਆਪਣੀ ਖੁਟਿਆਈ ਯਾਦ ਆਈ ਵੀ ਮੈਂ ਇਹ ਕਾਰਾ ਕੀਤਾ, ਦਹੀਂ ਵਾਲਾ ਜ਼ਹਿਰ, ਜ਼ਹਿਰ ਵਾਲਾ ਦਹੀਂ ਪਿਉਣ ਲੱਗਿਆ ਸੀ, ਇਹ ਸ਼ਰਮ ਦੇ ਨਾਲ ਇਹਦੀਆਂ ਅੱਖਾਂ ਨੀਵੀਆਂ ਹੋ ਗਈਆਂ, ਸਾਰਿਆਂ ਨੂੰ ਵੇਖ ਕੇ ਸਾਹਮਣੇ ਨੀ ਝਾਕ ਸਕਿਆ। ਧਾਰੀ ਔਰ ਸ਼ਰਮ ਅਤਰਮੀ ਸੋ ਗੁਰੂ ਪਨੈ। ਹੁਣ ਇਸ ਪਾਪੀ ਬ੍ਰਾਹਮਣ ਨੂੰ ਬੜੀ ਸ਼ਰਮ ਆ ਰਹੀ ਹੈ, ਨੀਵੀਂ ਪਾ ਲਈ, ਉੱਪਰ ਨੀ ਸਿਰ ਚੁੱਕਦਾ ਤੇ ਉਸ ਪਾਪੀ ਬ੍ਰਾਹਮਣ ਨੂੰ ਅੱਗੋਂ ਗੁਰੂ ਮਹਾਰਾਜ ਕੀ ਕਹਿੰਦੇ ਹਨ। ਕੈਸੇ ਤੂੰ ਪਰਮ ਕੈ ਕੁਕਰਮ ਕਮਾਇਓ ਹੈ। ਕੀ ਆਖਦੇ ਨੇ ਉਹ ਭਲਿਆ ਲੋਕਾ, ਤੂੰ ਕਿਉਂ ਭਰਮ ਦੇ ਵਿੱਚ ਪੈ ਗਿਆ, ਕਿਉਂ ਤੂੰ ਖੋਟਾ ਕੋਰ ਪਾਪੇ ਕੀਤਾ ਹੈ। ਲੀਨ ਤਨ ਧਾਨ ਕੀਨ ਖਾਨ ਪਾਨ ਨੀ ਕੀ ਰੀਤ। ਗੁਰੂ ਘਰ ਦੇ ਵਿੱਚ ਧਨ ਵੀ ਲਿਆ ਹੈ, ਧਾਨ ਵੀ, ਭੋਜਨ ਵੀ ਛਕਿਆ ਹੈ ਤੇ ਜੋ ਵੀ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਖਾਣ ਪੀਣ ਦਾ ਸਾਜੋ ਸਾਮਾਨ ਸੀ ਹਰ ਪ੍ਰਕਾਰ ਤੈਨੂੰ ਮਿਲਦਾ ਰਿਹਾ ਹੈ। ਐਸੀ ਵਿਪਰੀਤ ਬਿਖੈ ਕਿਮ ਤੂੰ ਲੁਭਾਇਓ ਹੈ। ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ, ਤੂੰ ਗੁਰੂ ਘਰ ਦਾ ਨਿਮਨ ਕਰਕੇ, ਗੁਰੂ ਘਰ ਦਾ ਅੰਨ ਪਾਣੀ ਛਕੇ, ਫਿਰ ਤੂੰ ਕਿਉਂ ਕਿਹੜੇ ਲੋਭ ਲਾਲਚ ਦੇ ਵਿੱਚ ਆ ਕੇ ਇਹ ਪੁੱਠੇ ਪਾਸੇ ਨੂੰ ਤੁਰ ਪਿਆ ਹੈ, ਐਸੀ ਉਲਟੀ ਰੀਤੀ ਨੂੰ ਧਾਰਨ ਕੀਤਾ ਹੈ। ਕੌਣ ਕਾਜ ਤੋਹੇ ਹੋਤ ਪਾਪ ਕੋ ਉਦੋਤ ਜਬ। ਤੂੰ ਜਦੋਂ ਹੀ ਤੇਰਾ ਪਾਪ ਉਗੜ ਗਿਆ, ਤੂੰ ਇਹ ਦੱਸ ਵੀ ਇਹ ਹੋਰ ਪਾਪ ਕਰਕੇ ਤੇਰਾ ਕੀ ਕਾਰਜ ਸਿੱਧ ਹੋਣਾ ਸੀ, ਤੇਰਾ ਕੀ ਸਵਰਨਾ ਸੀ, ਤੂੰ ਐਸਾ ਘੋਰ ਪਾਪ ਕਿਹਦੇ ਵਾਸਤੇ ਕਰ ਰਿਹਾ ਸੀ। ਕਈ ਤੋਂ ਕੁਛ ਦੀਨ ਕਿਨ ਪਾਪ ਸਿੱਖ ਲਾਇਓ ਹੈ। ਤੇ ਜਾਂ ਫਿਰ ਇਹ ਵੀ ਦੱਸ, ਤੈਨੂੰ ਕਿਸੇ ਨੇ ਹੋਰ ਉਂਗਲ ਲਾਈ ਹੈ, ਹੋਰ ਕਿਸੇ ਨੇ ਸੀਖ ਲਾਈ ਹੈ, ਹੋਰ ਕਿਸੇ ਨੇ ਤੈਨੂੰ ਸਿਖਾਇਆ ਵੀ ਤੂੰ ਆ ਘੋਰ ਪਾਪ ਕਰ। ਸੱਚ ਹੀ ਬਤਾਓ ਨਹਿ ਕੀਜੀਐ ਬੁਲਾਓ ਮੂੜ। ਸੰਤਾਂ ਬੈਠੀਆਂ ਨੇ ਤੇ ਇਹ ਜਿਹੜੀ ਮਹਾਂ ਪੰਚਾਇਤ ਸੰਤਾਂ ਦੀ ਬੈਠੀ ਹੈ, ਗੁਰੂ ਮਹਾਰਾਜ ਵੀ ਹਾਜ਼ਰ ਨੇ। ਸਤਿਗੁਰੂ ਉਸ ਪਾਪੀ ਬ੍ਰਾਹਮਣ ਨੂੰ ਸਵਾਲ ਕਰਦੇ ਨੇ, ਕਹਿੰਦੇ ਹੁਣ ਟਾਲਾ ਨਾ ਕਰੀ, ਕੋਈ ਬਹਾਨਾ ਨਾ ਬਣਾਵੀ, ਸੱਚੀ ਗੱਲ ਦੱਸ। ਸ਼ੋਰਿਓ ਤੋਹੇ ਮਾਰ ਬੇ ਕੋ ਜਾਣੇ ਬਖਸ਼ਾਇਓ ਹੈ। ਦੇਖ ਵੀ ਸ਼ੋਰਿਓ ਤੋਹੇ ਮਾਰ ਬੇ ਕੋ, ਅਸੀਂ ਤਾਂ ਤੈਨੂੰ ਮਾਰ ਛੱਡਿਆ ਸੀ, ਪਰ ਆਹ ਮਾਤਾ ਗੰਗਾ ਜੀ ਖੜੇ ਨੇ, ਇਹਨਾਂ ਨੇ ਤੈਨੂੰ ਮਾਫ ਕਰਵਾਇਆ, ਦੁਬਾਰਾ ਜੀਵਨ, ਦੁਬਾਰਾ ਜ਼ਿੰਦਗੀ ਤੈਨੂੰ ਇਹਨਾਂ ਦੀ ਕਿਰਪਾ ਕਰਕੇ ਮਿਲੀ ਹੈ। ਸੁਣ ਕੇ ਦਿਜ ਧਾਮ ਸਨ ਮੁਖ ਨਾ ਕਰਤ ਡੀਠ। ਲੋ ਜਦੋਂ ਗੁਰੂ ਮਹਾਰਾਜ ਨੇ ਆਖਿਆ ਦੱਸ ਬਈ ਤੂੰ ਕਾਹਦੇ ਵਾਸਤੇ ਜ਼ਹਿਰ ਦਿੱਤੀ, ਕਿਉਂ ਦਿੱਤੀ, ਕਿਹਨੇ ਤੈਨੂੰ ਆਖਿਆ ਇਹ ਕੰਮ ਕਰਨ ਲਈ, ਜਦੋਂ ਪੁੱਛ ਪੜਤਾਲ ਹੋਣ ਲੱਗੀ ਸੰਗਤ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ, ਇਹ ਜਿਹੜਾ ਪਾਪੀ ਬ੍ਰਾਹਮਣ ਸੀ ਹੁਣ ਸਾਹਮਣੇ ਅੱਖਾਂ ਚਾ ਕੇ ਝਾਕ ਨਹੀਂ ਸਕਦਾ ਗੁਰੂ ਮਹਾਰਾਜ ਦੇ ਵੱਲ। ਨੀਠ ਨੀਠ ਉੱਪਰ ਕੋ ਲੋਚਨ ਉਠਾਏ ਹੈ। ਇਹ ਹੁਣ ਬਹੁਤਾ ਹੀ, ਹੁਣ ਜਦੋਂ ਆਦਮੀ ਨੇ ਘੋਰ ਪਾਪ ਕੀਤਾ ਹੋਵੇ ਸ਼ਰਮ ਦੇ ਨਾਲ ਹੀ ਸਿਰ ਉੱਚਾ ਚੁੱਕਣਾ ਔਖਾ ਲੱਗਦਾ ਹੈ, ਇਹਨੇ ਹੌਲੀ ਹੌਲੀ ਮਸਾਂ ਮਸਾਂ ਸਿਰ ਉੱਪਰ ਚੁੱਕਿਆ ਹੈ ਤੇ ਗੁਰੂ ਮਹਾਰਾਜ ਦੇ ਵੱਲ ਉੱਪਰ ਨੂੰ ਮੂੰਹ ਕਰਕੇ ਕੁਛ ਬੋਲਣ ਲੱਗਿਆ। ਕੰਪਤ ਸਰੀਰ ਔਰ ਧੀਰ ਜਨਾ ਤਰਾਸ ਮਹਾ। ਹੁਣ ਇਹਦਾ ਸਰੀਰ ਡਰ ਦੇ ਨਾਲ ਕੰਬਦਾ ਹੈ ਤੇ ਇਹਦੇ ਮਨ ਦੇ ਵਿੱਚ ਧੀਰਜ ਨਹੀਂ ਰਿਹਾ ਤੇ ਬਹੁਤ ਡਰ ਵੀ ਰਿਹਾ ਹੈ। ਭਇਓ ਭੈ ਪੀਤ ਕੌਣ ਪੀਰ ਉਪਜਾਏ ਹੈ। ਇੰਨਾ ਇਹ ਭੈ ਪੀਤ ਹੋਇਆ ਹੈ ਤੇ ਹੁਣ ਇਹਦੇ ਅੰਦਰ ਇੰਨੀ ਪੀੜਾ ਪੈਦਾ ਹੋ ਰਹੀ ਹੈ ਵੀ ਇਹ ਕਿਵੇਂ ਦੱਸ ਸਕਦਾ ਹੈ। ਭਾਵ ਇੱਕ ਪਾਸੇ ਦਸੋਂ ਖਾਧੀਆਂ ਸੀ ਪ੍ਰਿਥੀਏ ਨੇ ਵੀ ਤੂੰ ਦੱਸਣਾ ਨਹੀਂ, ਉਹਦਾ ਵੀ ਡਰ ਹੈ ਤੇ ਦੂਜੇ ਪਾਸੇ ਜੇ ਨਹੀਂ ਦੱਸਦਾ ਤੇ ਹੁਣ ਗੁਰੂ ਮਹਾਰਾਜ ਦੇ ਸਾਹਮਣੇ ਇਹ ਵੀ ਘੋਰ ਅਵਗਿਆ ਹੈ। ਹੁਣ ਇਹ ਆਪਣੇ ਮਨ ਹੀ ਮਨ ਦੇ ਵਿੱਚ ਵੀ ਮੈਂ ਹੁਣ ਦੱਸੋ ਕਰਾਂ ਕੀ,
ਤੇ ਬੜਾ ਦੁਖੀ ਹੋ ਰਿਹਾ ਹੈ। ਮ੍ਰਿਤਕ ਹੋਵੇ ਪਰਿਉ ਤਬ ਮ੍ਰਿਤਕਾ ਲਗੀ ਹੈ ਗਾਤ। ਲੋਕ ਕਵੀ ਜੀ ਕਹਿੰਦੇ ਨੇ ਜਦੋਂ ਇਹ ਮਰ ਕੇ ਡਿੱਗਿਆ ਸੀ ਨਾ ਵਿਹੜੇ ਦੇ ਵਿੱਚ ਤੇ ਲਿਟਦਾ ਰਿਹਾ ਸੂਲ ਉੱਠਿਆ ਉਸ ਵੇਲੇ ਦੇ ਸਾਰੇ ਸਰੀਰ ਨੂੰ ਕੱਪੜਿਆਂ ਨੂੰ ਮਿੱਟੀ ਲੱਗ ਗਈ ਸੀ। ਮੁੱਖ ਮੈਂ ਚਗੂਰ ਸੀਸ ਪਾਗ ਤੇ ਨੰਗਾਏ ਹੈ। ਇਹਦੇ ਮੁੱਖ ਦੇ ਵਿੱਚੋਂ ਝੱਗ ਵੀ ਵਗਣ ਲੱਗ ਪਈ ਸੀ। ਸੀਸ ਪਾਗ ਕੋ ਨੰਗਾਏ ਹੈ ਤੇ ਇਹਦੀ ਪੱਗ ਵੀ ਲੈ ਗਈ ਤੇ ਨੰਗੇ ਸਿਰ ਹੁਣੇ ਬ੍ਰਾਹਮਣ ਹਾਲੇ ਮਰਿਆ ਹੁਣੇ ਜਿਉਂਦਾ ਹੋਇਆ ਨਾ ਤੜਫ ਤੜਫ ਕੇ ਮਰਿਆ ਉਸ ਵੇਲੇ ਪੱਗ ਪੁੱਗ ਤਾਂ ਲਈ ਜਾਂਦੀ ਹੈ ਤੇ ਇਸ ਤਰ੍ਹਾਂ ਉਹ ਨੰਗੇ ਸਿਰ ਗੁਰੂ ਮਹਾਰਾਜ ਦੇ ਸਾਹਮਣੇ ਬੈਠਾ ਹੈ ਤੇ ਨਾਲ ਇਹਦੇ ਕੱਪੜੇ ਵੀ ਮਿੱਟੀ ਨਾਲ ਲਿਬੜੇ ਹੋਏ ਨੇ ਸਰੀਰ ਵੀ ਮਿੱਟੀ ਵਿੱਚ ਲਿਬੜਿਆ ਹੋਇਆ। ਮਨ ਨਰਕ ਤੇ ਨਿਕਾਸ ਕੇ ਬਿਠਾਇਓ ਅਗਹੀ। ਇਹਦੀ ਇਹੋ ਜਿਹੀ ਹਾਲਤ ਹੈ ਪਾਪੀ ਬ੍ਰਾਹਮਣ ਦੀ ਜਿਵੇਂ ਇਹਨੂੰ ਹੁਣੇ ਕਿਸੇ ਨੇ ਨਰਕਾਂ ਵਿੱਚੋਂ ਕੱਢ ਕੇ ਪਾਪੀ ਨੂੰ ਇੱਥੇ ਬਿਠਾਇਆ ਹੋਵੇ। ਪੀਤ ਮੁਖ ਲੋਟ ਬੇਤੇ ਪਯੋ ਬਿਲਕੁਲ ਆਏ ਹੈ। ਜਦੋਂ ਇਹਦੇ ਪੇਟ ਵਿੱਚ ਵੀ ਸੂਲ ਉੱਠਿਆ ਸੀ ਨਾ ਉਹਦੇ ਨਾਲ ਵੀ ਲਿਟਦਾ ਰਿਹਾ ਤੇ ਇਹਦਾ ਮੂੰਹ ਐਨ ਪੀੜਾ ਹੋ ਗਿਆ ਸੀ ਬੱਗਾ ਫੂਸ ਹੋ ਗਿਆ ਸੀ ਤੇ ਬੜਾ ਘਬਰਾਇਆ ਹੋਇਆ ਹੈ। ਸੂਲ ਨੇ ਸੰਕਟ ਦਿਓ ਸੂਲ ਜੋ ਚੁਭੇ ਹੈ ਤਨ। ਜਦੋਂ ਇਹਦੇ ਪਾਪੀ ਬ੍ਰਾਹਮਣ ਦੇ ਪੇਟ ਵਿੱਚ ਸੂਲ ਉੱਠਿਆ ਸੀ ਨਾ ਤੇ ਉਸਨੇ ਬਹੁਤਾ ਦੁੱਖ ਦਿੱਤਾ ਜਿਵੇਂ ਸੂਲਾਂ ਚੁਭਦੀਆਂ ਨੇ ਕੰਡੇ ਚੁਭਦੇ ਨੇ ਇਉਂ ਉਹਨੂੰ ਦੁੱਖ ਹੋਇਆ। ਭਾਇਓ ਅਸ ਸੂਲ ਨਾ ਬਲਿਓਕ ਜਾਏ ਪਾਤ ਕੀ। ਇਹੋ ਜਿਹਾ ਦੇ ਅੰਦਰ ਸੂਲ ਉੱਠਿਆ ਤੇ ਇਹਦੀ ਹਾਲਤ ਇੰਨੀ ਤਰਸਯੋਗ ਬਣ ਗਈ ਸੀ ਵੇਖਿਆ ਨਹੀਂ ਸੀ ਜਾਂਦਾ ਪਾਪੀ ਵੱਲ ਵੀ ਇੰਨਾ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਮਰਿਆ ਸੀ। ਬੋਲਿਓ ਹੱਥ ਜੋਰ ਕਰ ਚੋਰ ਸਮ ਘੋਰ ਅਗਹੀ। ਕਵੀ ਜੀ ਕਹਿੰਦੇ ਨੇ ਘੋਰ ਪਾਪੀ ਵੱਡਾ ਪਾਪੀ ਬੱਜਰ ਪਾਪ ਕਰਨ ਵਾਲਾ ਤੇ ਜਿਹੜਾ ਚੋਰ ਵੀ ਹੈ ਦੋਨੋਂ ਹੱਥ ਜੋੜ ਕੇ ਹੁਣ ਗੁਰੂ ਮਹਾਰਾਜ ਦੇ ਸਾਹਮਣੇ ਬੋਲਿਆ। ਸ਼ੋਰ ਤੇ ਬਤਾਵੋ ਬਾਤ ਪਈ ਜੇ ਮੁਕਾਤ ਕੀ। ਕਹਿੰਦਾ ਲਓ ਮਹਾਰਾਜ ਹੁਣ ਮੈਂ ਸੱਚ ਕਹਿਣ ਲੱਗਾ ਮੁੱਢ ਤੋਂ ਲੈ ਕੇ ਜਿਵੇਂ ਸਾਰੀ ਕਹਾਣੀ ਹੋਈ ਹੈ ਉਹ ਮੈਂ ਆਪ ਜੀ ਦੇ ਰੂਬਰੂ ਆਪ ਜੀ ਦੇ ਸਨਮੁਖ ਪੇਸ਼ ਕਰਦਾ ਹਾਂ। ਪ੍ਰਿਥੀਏ ਬੁਲਾਇਓ ਮੋਹੇ ਬੋਲ ਕੈ ਲੁਭਾਇਓ ਧਰੋਹ। ਲਓ ਸੱਚੀ ਗੱਲ ਇਹ ਹੈ ਤੁਹਾਡੇ ਸ਼ਰੀਰ ਪ੍ਰਿਥੀਏ ਨੇ ਮੈਨੂੰ ਰਾਤ ਨੂੰ ਇਕੱਲੇ ਨੂੰ ਬੁਲਾਇਆ ਤੇ ਆਪਣੇ ਪਾਸ ਬੁਲਾ ਕੇ ਮੈਨੂੰ ਲਾਲਚ ਦਿੱਤਾ ਤੇ ਨਾਲ ਧੋਖਾ ਕਰਨ ਲਈ ਮੈਨੂੰ ਪ੍ਰੇਰਿਆ। ਠਾਨੇ ਬਹੁ ਦਰੋਹ ਕਰੋ ਮਹਾ ਉਤਪਾਤ ਕੀ। ਤੁਹਾਡਾ ਭਰਾ ਪ੍ਰਿਥੀਆ ਬਹੁਤ ਉਪਦਰਵੀ ਹੈ ਤੁਹਾਡੇ ਨਾਲ ਦਿਲੋਂ ਵੈਰ ਕਰ ਰਿਹਾ ਹੈ ਉਹਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਰੋਸ ਵੀ ਬਹੁਤ ਵਧੇਰੇ ਹੈ। ਮੇਰੋ ਸਨਮਾਨ ਕਰ ਮਦਰੋ ਬਖਾਨ ਕਰ। ਪ੍ਰਿਥੀਏ ਨੇ ਮੇਰਾ ਬੜਾ ਸਤਿਕਾਰ ਕੀਤਾ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਤੇ ਬਹੁਤ ਪਿਆਰ ਦੇ ਨਾਲ ਕਹਿ ਕਹਿ ਕੇ ਸ਼ੀਸ਼ਾ ਸੁੰਜ ਮਹਾਨ ਕਰ ਵਾਰਤਾ ਸੋ ਰਾਤ ਕੇ। ਮੈਨੂੰ ਮਹਾਰਾਜ ਰਾਤ ਆਪਣੇ ਘਰ ਦੇ ਵਿੱਚ ਬੁਲਾ ਕੇ ਇਹ ਪੁੱਠੀ ਸਿੱਖਿਆ ਦਿੱਤੀ ਪੁੱਠੀ ਪੱਟੀ ਪੜ੍ਹਾਈ ਇਹ ਅੱਜ ਇਸੇ ਰਾਤ ਦੀ ਗੱਲ ਹੈ ਆ ਜਿਹੜੀ ਰਾਤ ਬੀਤੀ ਆ ਵੀ ਇਸੇ ਰਾਤ ਮੈਨੂੰ ਘਰ ਦੇ ਵਿੱਚ ਬੁਲਾ ਕੇ ਤੇ ਉਹਨੇ ਮੈਨੂੰ ਪੁੱਠੀ ਪੱਟੀ ਪੜਾ ਦਿੱਤੀ। ਪੰਚ ਸਹਿ ਰਜਤ ਪਣ ਦੇਵੋ ਇੱਕ ਬਾਰ ਗਿਣ। ਮੈਨੂੰ ਪ੍ਰਿਥੀਏ ਨੇ ਇਹ ਲਾਲਚ ਦਿੱਤਾ ਵੀ ਮੈਂ 500 ਰੁਪਇਆ ਇੱਕੋ ਵਾਰ ਤੈਨੂੰ ਇਨਾਮ ਦਾ ਦੇਵਾਂਗਾ ਜੇ ਤੂੰ ਇੱਕ ਵਾਰੀ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਦਿੱਤੀ ਨਾ 500 ਰੁਪਇਆ ਇਨਾਮ ਦਾ ਤੁਰੰਤ ਤੈਨੂੰ ਦੇ ਦੇਵਾਂਗਾ। ਫੇਰ ਸੁਧ ਲਿਓ ਤੇਰੀ ਸਦਾ ਗੁਜਰਾਨ ਕੀ। ਤਾਂ ਜ਼ਿੰਦਗੀ ਰੋਜ਼ੀ ਰੋਟੀ ਦਾ ਤੈਨੂੰ ਕੋਈ ਫਿਕਰ ਨਹੀਂ ਰਹੇਗਾ ਤੇ ਮੈਂ ਸਾਰੀ ਜ਼ਿੰਮੇਦਾਰੀ ਲਵਾਂਗਾ ਤਾਂ ਜ਼ਿੰਦਗੀ ਸਾਰੇ ਪਰਿਵਾਰ ਦਾ ਰੁਜ਼ਗਾਰ ਮੇਰੇ ਘਰੋਂ ਚੱਲੇਗਾ। ਭਾਵੀ ਤਬ ਪ੍ਰੇਰਿਓ ਮੋਹੇ ਮਾਨ ਲੀਨ ਭਨੀ ਤਿੰਨ। ਭਾਵੀ ਨੇ ਹੁਣੇ ਨੇ ਮੈਨੂੰ ਪ੍ਰੇਰ ਦਿੱਤਾ ਮੈਨੂੰ ਜਿਵੇਂ ਵੀ ਪ੍ਰਿਥੀਏ ਨੇ ਆਖਿਆ ਤੇ ਮੈਂ ਉਹਦੀ ਗੱਲ ਮੰਨ ਲਈ। ਸੰਖਿਆ ਮਗਾਏ ਕਰ ਦੀਨ ਨਿਜ ਪਾਨ ਕੀ। ਤੁਹਾਡੇ ਭਰਾ ਪ੍ਰਿਥੀਏ ਨੇ ਸੰਖਿਆ ਸੰਖਿਆ ਜ਼ਹਿਰ ਹੁੰਦਾ ਉਹ ਸੰਖਿਆ ਜ਼ਹਿਰ ਮੰਗਵਾ ਕੇ ਆਪਣੇ ਹੱਥੀ ਮੈਨੂੰ ਦਿੱਤੀ। ਕਹਿੰਦਾ ਬਈ ਆਹ ਲੈ ਜ਼ਹਿਰ ਦੀ ਕੁੜੀ ਤੇ ਇਹ ਜਾ ਕੇ ਤੂੰ ਸਾਹਿਬਜ਼ਾਦੇ ਨੂੰ ਦੇਣੀ ਹੈ। ਲਿਆਇਓ ਮੈਂ ਰਗੜ ਪੁੜੀ ਬਾਂਧ ਕਰ ਧਰੀ ਸਿਰ। ਸਾਰੀ ਸਟੋਰੀ ਦੱਸਦਾ ਮੈਂ ਉਹ ਜ਼ਹਿਰ ਦੀ ਪੁੜੀ ਵੀ ਪ੍ਰਿਥੀਏ ਤੋਂ ਲੈ ਕੇ ਆਪਣੇ ਘਰ ਵਿੱਚ ਲੈ ਆ
ते ओनू रगड़ के पत्थर दे नाल ते ओदी पुड़ी बन के अपने सिर वे टंग लई। होर होत दद मैं मलाई है तखान की। जदों सवेर होया ते सवेर हुंदिया सार ते मैं ओ जिहड़ी जहर दी पुड़ी सी दही विच मिला दित्ती। क्यों? ओ दही गुरु महाराज सच्चे पातशाह ने छकना सी। मत मेरी हान की दृढ़ाई पाप ठान की। महाराज मेरी जिहड़ी मत मारी गई है ते मेनू ऐसी उन्हें पाप वाली मत दृढ़ करवा दिती, मेरी माती मार दिती। परमाई जो अजान की ना कीन बात स्यान की। जिवें किसे अनजान बंदे नू कोई ना कोई आदमी परमा लैंदा है, इसे तरह मेनू नादान नू उन्हें परमा लिया, गुमराह कीता है, वर्ग लाया, ये कुछ सियाणियां वाली गल उसने नहीं कीती। श्री हर गोबिंद करा मात मैं बिलंद जान। लोन पापी ब्राह्मण आप कहिंदा भी जेडे साहिबजादे गुरु हरगोबिंद साहिब महाराज ने ते ये बड़े करामाती ने, अंतर जामी ने, सरबकता दे मालक हन। पान ते हटाए नहीं पान करी त्याग दीन। भाई वेख लो इन्हे जहर वाला दही जान के इन्हां ने बिलकुल नहीं उछकिया, अपने हाथ नाल कटोरा परे हटा दिता। मैं यतन भी कीता पर इन्हां ने मेरा यतन फेल कर दिता। देन बिख कारण उचार्यो करियो है सब। ब्राह्मण कहिंदा देख लो महाराज मैं ता सचो सच दस दिता, जहर क्यों दिती है, किसने दवाई है, जो कुछ मेरे नाल वापरिया सी ते मैं सचो सच थोड़े सामने बयान कर दिता है। आप हो कृपाल शमा शित के समान चीन। महाराज तुसी दयालु कृपालु हो, जिवें धरती विच खिमा दा गुण है, धरती नूं कोई पट्टी जावे कोई उस ते गंदगी सुट्टी जावे किसे नूं कुछ नहीं कहिंदी, थोड़े अंदर भी एडा वड्डा धीरज है ते तुसी वड्डे तो वड्डे गुनाह नूं भी माफ कर दिंदे हो। लोभ की लहर ने कहर उपजायो और। सच तां इह है कहिंदे पाप दा बाप की है, ओ है लोभ। लोभ दे वश आदमी कोई भी पाप करन लई तैयार हो जांदा, इसे लई लोभ दी लहर ने मेरे अंदर कहर पैदा कर दिता। भाव लोभ दी लहर विच आके मैं जहर देण लई तैयार हो गया। पतत उधारन को राबर बिरद कीन। ते महाराज तुसी गुरु परमेश्वरो थोड़ा बिरद है पापियां दा उधार करना, ते मैं पापियां गुनाहगार हां ते थोड़े साहिबजादे दा घातक हां। मैं जो पाप कीता थानू दस दिता है, हुण पापियां नूं माफ करना पापियां नूं उधारना थोड़ा बिरद है। बख्शो खता को कहो साच मैं पता को अब। ये सतगुरु जी हुण तुसी मेरी गलती नूं गुनाह नूं माफ कर दियो, क्योंकि थोड़ा बिरद है जो शरण आवे ते सकंठ लावे। ये बिरद स्वामी सुंदा मैं सच्चा पता सारा कुछ सानू पेत दस दिता है। करो ना परोसवा को पाप मैं परवीन पीन। महाराज पृथ्वी ते कदे यकीन ना करियो, पापां दे विच बड़ा परवीन है, बड़ा सियाणा है, बड़ा चतर है, वो पता भी नहीं लगन दिंदा कदों किसे नूं परमार लिंदा है। सवैया श्री गुर ने सुन साज पन्यो जब ओए कृपाल बखान तबैन। लोग कवि जी कहिंदे ने हुण चाल बदली आ, पहला कवित सी हुण सवैये छंद विच कवि जी अगे प्रसंग लिखदे ने। जदों ब्राह्मण ने सारी गल दस दित्ती ते गुरु महाराज ने सुन के बई उन्हें सच्ची गल आख दित्ती है, अगों सतगुरु महाराज सच्चे पातशाह भी चलो प्रसन्न हो गए ते उन्हां ने बचन आखिया। कीन खता जिन की तुझने तिन आगे बिना कर होए मन दैन। की आखिया गुरु अर्जन देव महाराज ने, कहन लगे जिहदी तू अवग्या कीती है साहिबजादे वल। गुरु हरगोबिंद साहिब वल इशारा करके कहिंदे ने तू जिन्हां नूं जहर देनी सी, जिन्हां नूं जहर देण दा यतन कीता है, जिहदी तू अवग्या कीती है, हुण ओहदे अगे बेनती कर। गुरु हरगोबिंद साहिब महाराज दे अगे दीन मन हो के आजिज़ निमाणा होके उन्हां कोलों जाके मुआफी मंग। सो बख्शै शरणी परिया अपराध असाधन ते जिन पैन। ओ तेनू बख्श सकदे ने उन्हां दे जाके शरणी पै। अपराध असाधन ये ना साध्या जाण वाला तू कोर अपराध कीता, तेरे मन दे विच भूरा भी डर नहीं सी मैं किड्डा वड्डा कोर पाप करन लग्गिया, हुणे पाप
ਅਸੀਂ ਨਹੀਂ ਬਖਸ਼ ਸਕਦੇ। ਇਹ ਸਾਹਿਬਜ਼ਾਦੇ ਨੂੰ ਤੂੰ ਜ਼ਹਿਰ ਦੇਣ ਲੱਗਿਆ ਸੀ ਨਾ, ਇਹਨਾਂ ਨੂੰ ਮਾਰਨ ਲੱਗਿਆ ਸੀ, ਇਹਨਾਂ ਤੋਂ ਮਾਫ਼ੀ ਮੰਗ। ਮਾਤ ਕੀ ਗੋਦ ਮੈਂ ਬੈਠੇ ਬਰਾਜਤ, ਜਾਹੇ ਕੇ ਨਾਮ ਤਹਿਵੈ ਸੁਖ ਚੈਨ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਸਨ, ਜੋ ਸੰਗਤ ਬੈਠੀ ਸੀ ਨਾ। ਹੁਣ ਉੱਥੇ ਵਿੱਚੇ ਸੰਗਤ ਦੇ ਮਾਤਾ ਗੰਗਾ ਜੀ, ਗੁਰੂ ਮਹਾਰਾਜ ਵੀ ਅਤੇ ਸਿੱਖ ਵੀ, ਸੇਵਾਦਾਰ ਵੀ, ਸੰਗਤਾਂ ਵੀ ਬਹੁਤ ਗਿਣਤੀ ਵਿੱਚ ਇਕੱਤਰ ਹੋਈਆਂ ਸਨ। ਉਹਨਾਂ ਵਿੱਚ ਹੀ ਗੁਰੂ ਮਹਾਰਾਜ ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਬਿਰਾਜ ਰਹੇ ਸਨ, ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਮਨ ਨੂੰ ਚੈਨ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਹਰਗੋਬਿੰਦ ਕੀ ਦਿਸ਼ ਹੈ ਦਿਜ, ਬੇਨਤੀ ਵਾਕ ਕਹੇ ਸਮਦਾਈ। ਫਿਰ ਉਸ ਪਾਪੀ ਬ੍ਰਾਹਮਣ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਦੋਵੇਂ ਹੱਥ ਜੋੜ ਕੇ ਅਤੇ ਬਹੁਤ ਸਾਰੇ ਬੇਨਤੀ ਪੂਰਵਕ ਬਚਨ ਕਹਿਣ ਲੱਗਿਆ, ਭਾਵ ਆਪਣੀ ਭੁੱਲ ਨੂੰ ਬਖਸ਼ਾਉਣ ਲਈ, ਖਤਾ ਬਖਸ਼ਾਉਣ ਲਈ ਬੇਨਤੀ ਕਰ ਰਿਹਾ ਹੈ। ਸੇਵਕ ਮੈਂ ਸਭ ਸੇਵ ਕਰੋ ਤੁਮ, ਦੇਵਨ ਦੇਵ ਸਭ ਜਗ ਰਾਈ। ਕਹਿੰਦਾ ਸੱਚੇ ਪਾਤਸ਼ਾਹ, ਤੁਸੀਂ ਦੇਵਤਿਆਂ ਦੇ ਵੀ ਦੇਵ ਪੂਜਨੀਕ ਹੋ ਅਤੇ ਸਾਰੇ ਜਗਤ ਦੇ ਰਾਜੇ ਹੋ, ਅਤੇ ਮਹਾਰਾਜ ਮੈਂ ਸੇਵਕ ਹਾਂ ਤੇ ਮੈਂ ਹਮੇਸ਼ਾ ਲਈ ਸੇਵਕ ਬਣ ਕੇ ਤੁਹਾਡੀ ਸੇਵਾ ਕਰਦਾ ਰਹਾਂਗਾ। ਮੈਂ ਮਤਹੀਣ ਕਰਿਓ ਅਪਰਾਧ, ਸ਼ਮਹੁ ਪ੍ਰਭ ਆਪ ਪਰਿਓ ਸ਼ਰਨ ਆਈ। ਮਹਾਰਾਜ ਮੈਂ ਤੇ ਮਤ ਦਾ ਹੀਣਾ ਹਾਂ, ਮੈਂ ਬਹੁਤ ਘੋਰ ਪਾਪ ਕੀਤਾ ਤੇ ਤੁਸੀਂ ਮਹਾਰਾਜ ਹੁਣ ਮੈਨੂੰ ਬਖਸ਼ ਦਿਓ, ਕਿਉਂ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ। ਜਿਉਂ ਕਹਿ ਕੇ ਪਗ ਪੰਕਜ ਉੱਪਰ ਸੀਸ ਧਰਿਓ ਪਰ ਕਹਿ ਅਗਵਾਈ। ਇਉਂ ਕਹਿ ਕੇ ਨਾ ਬੇਨਤੀ ਕਰਕੇ ਬ੍ਰਾਹਮਣ ਨੇ ਗੁਰੂ ਮਹਾਰਾਜ ਦੇ ਬਾਲ ਸਤਿਗੁਰੂ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਤੇ ਅੱਗੇ ਅੱਗੇ ਸਿੱਧਾ ਲੰਬਾ ਪੈ ਗਿਆ। ਸੰਮਤ ਸ੍ਰੀ ਪਤ ਕੇ ਚਿਤ ਜਾਨ, ਦਇਆ ਨਿਧਾਨ ਤਬੇ ਹੋਏ ਆਈ। ਤੇ ਜਦੋਂ ਗੁਰੂ ਅਰਜਨ ਦੇ ਮਹਾਰਾਜ ਦੇ ਵੱਲ ਦੇਖਿਆ ਨਾ, ਵੀ ਗੁਰੂ ਮਹਾਰਾਜ ਵੀ ਚਾਹੁੰਦੇ ਨੇ ਵੀ ਚੱਲ ਹੁਣ ਇਹਨੂੰ ਮਾਫ਼ ਕਰ ਦਿਓ, ਤੇ ਦਇਆ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਦੇ ਵਿੱਚ ਵੀ ਦਇਆ ਆ ਗਈ ਕਿ ਚਲੋ ਹੁਣ ਪਿਤਾ ਸਤਿਗੁਰੂ ਨੇ ਵੀ ਮੈਨੂੰ ਇਸ਼ਾਰਾ ਕਰ ਦਿੱਤਾ ਤੇ ਹੁਣ ਇਹਨੂੰ ਮਾਫ਼ ਕਰ ਦੇਵਾਂ। ਕੀਨ ਮਹਾ ਅਪਰਾਧ ਜਿਨੇ, ਬਖਸ਼ਿਓ ਬਿਨਤੀ ਸੁਣ ਕੇ ਸਹਸਾਈ। ਦੇਖ ਲਓ ਇਸ ਬ੍ਰਾਹਮਣ ਨੇ ਕਿੱਡਾ ਵੱਡਾ ਬੱਜਰ ਪਾਪ ਕੀਤਾ, ਹੋਰ ਅਪਰਾਧ ਕੀਤਾ, ਪਰ ਇਹਦੀ ਬੇਨਤੀ ਸੁਣ ਕੇ ਤਤਕਾਲ ਉਸੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਫ਼ ਕਰ ਦਿੱਤਾ। ਨਾਥ ਨੇ ਹੱਥ ਪਸਾਰ ਤਬੈ ਤੇ ਮਾਥ ਤਰਿਓ ਦੁੱਤ ਸਾਥ ਸੁਹਾਈ। ਉਸ ਵੇਲੇ ਸਵਾਮੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਹੱਥ ਅੱਗੇ ਨੂੰ ਵਧਾ ਕੇ ਤੇ ਉਹਦੇ ਮੱਥੇ ਤੇ ਰੱਖ ਦਿੱਤਾ ਤੇ ਬੜੀ ਸੋਭਾ ਦੇ ਸੰਯੁਕਤ ਬੜਾ ਸੋਹਣਾ ਜਿਹਾ ਹੱਥ, ਕਮਲ ਵਰਗਾ ਕੋਮਲ ਜਿਹਾ ਹੱਥ ਉਸ ਬ੍ਰਾਹਮਣ ਦੇ ਸਿਰ ਉੱਤੇ ਰੱਖ ਦਿੱਤਾ। ਇੱਕ ਗਰੀਬ ਨਵਾਜ ਗੁਰੂ ਬਿਨ, ਆਣ ਕੇ ਬੀਚ ਕਹਾਂ ਬੜਿਆਈ। ਇੱਕ ਗਰੀਬ ਨਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਨੇ ਜਿਹੜੇ ਏਡੇ ਵੱਡੇ ਪਾਪੀਆਂ ਨੂੰ, ਅਪਰਾਧੀਆਂ ਨੂੰ ਵੀ ਗੁਰੂ ਮਹਾਰਾਜ ਮਾਫ਼ ਕਰ ਦਿੰਦੇ ਨੇ। ਗੁਰੂ ਮਹਾਰਾਜ ਤੋਂ ਬਿਨਾਂ ਏਡੀ ਵੱਡੀ ਵਡਿਆਈ ਹੋਰ ਕਿਸੇ ਵਿੱਚ ਨਹੀਂ ਹੋ ਸਕਦੀ। ਐਸੋ ਬੜੋ ਅਪਰਾਧ ਕਰਿਓ ਜਿਨ, ਪ੍ਰਾਣ ਕਿਹਾਣ ਲਓ ਕੀਨ ਉਪਾਈ। ਵੇਖ ਲਓ ਇਸ ਬ੍ਰਾਹਮਣ ਨੇ ਏਡਾ ਵੱਡਾ ਘੋਰ ਪਾਪ ਕੀਤਾ ਤੇ ਸਾਹਿਬਜ਼ਾਦੇ ਦੇ ਪ੍ਰਾਣ ਨਾਸ਼ ਕਰਨ ਦੇ ਲਈ ਇਹਨੇ ਪੂਰਾ ਢਿੱਲ ਲਾਇਆ, ਪੂਰੀ ਕੋਸ਼ਿਸ਼ ਕੀਤੀ। ਪਾਤਕ ਬਾਲਕ ਘਾਤਕ ਕੋਪਨ, ਅਨਤ ਲੂਣ ਗੁਰੂ ਘਰ ਖਾਈ। ਬਈ ਵੇਖ ਲਓ ਜਿਹੜਾ ਗੁਰੂ ਘਰ ਦਾ ਹੀ ਨਿਮਕ ਖਾਂਦਾ ਸੀ ਤੇ ਗੁਰੂ ਘਰ ਦਾ ਲੂਣ ਖਾ ਕੇ ਤੇ ਨਿਮਕ ਹਰਾਮੀ ਬਣ ਕੇ ਫਿਰ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਹੀ ਮਾਰਨਾ ਚਾਹੁੰਦਾ ਸੀ ਪਾਪੀ, ਉਹਨੂੰ ਵੀ ਸਤਿਗੁਰੂ ਮਹਾਰਾਜ ਨੇ ਮਾਫ਼ ਕਰ ਦਿੱਤਾ। ਸੋ ਤਤਕਾਲ ਬਿਨੈ ਸੁਣ ਕੇ ਕਰ ਦੀਨੋ ਨਿਹਾਲ ਪਿਖੈ ਸਮਦਾਈ। ਸਾਰੀ ਸੰਗਤ ਵੇਖ ਰਹੀ ਸੀ ਤੇ ਬਹੁਤ ਛੇਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬ੍ਰਾਹਮਣ ਦੀ ਬੇਨਤੀ ਨੂੰ ਸੁਣ ਕੇ ਗੁਰੂ ਮਹਾਰਾਜ ਨੇ ਇਹਨੂੰ ਮਾਫ਼ ਕਰ ਦਿੱਤਾ ਤੇ ਇਹਨੂੰ ਨਿਹਾਲ ਕਰ ਦਿੱਤਾ। ਇੱਕ ਗਰੀਬ ਨਵਾਜ ਗੁਰੂ ਬਿਨ, ਆਣ ਕੇ ਬੀਚ ਕਹਾਂ ਬੜਿਆਈ। ਕਵੀ ਜੀ ਕਹਿੰਦੇ ਨੇ ਗਰੀਬ ਨਵਾਜ ਸਤਿਗੁਰੂ ਦਾ ਘਰ ਹੈ, ਵੀ ਹੋਰਾਂ ਵਿੱਚ ਇੰਨੀ ਦਇਆ ਤੇ ਇੰਨੀ ਖਿਮਾ,
इनी दयालता कृपालता किवें आ सकदी आ नहीं आ सकदी। दोहरा इस प्रकार बख्शो सो देज गुरु गरीब नवाज। कवि जी कहंदे ने गरीब नवाज सतगुरु हरगोबिंद साहिब महाराज ने इस पापी ब्राह्मण नु माफ कर दिता। मात पिता देख तनंद अर सिख दास समाज। माता पिता भी वेख के प्रसन्न होए ने, माता गंगा ते गुरु अर्जन देव महाराज बड़े प्रसन्न होए ने, और सिख सेवक भी सारे निहाल हो गए। मैं महा महा प्रमाण ते महापुरख सुख कंद। गुरु महाराज की महिमा बहुत प्रमाणिक बन गई है क्योंकि बड़े महापुरख ने सुखा दे दाते हैं। गुर घर में अवतार लिया श्री हर गोबिंद चंद। श्री गुरु हर गोबिंद साहब महाराज जो चंद्रमा वांगू शांत स्वरूप ने उन्होंने गुरु घर दे विच अवतार धारिया है। भयो नर न समुदाय तह बैठ रहे परिवार। बहुत सारा लोकां दा इकट्ठ होया होया सी ते नाल गुरु का परिवार भी उत्थे बैठा होया सी। बिस्मह अग दीरक बिखियो बख्शो बहुर उदार। उस ब्राह्मण दा घोर पाप देख के सारे हैरान होए ने, ते फिर किवें गुरु महाराज ने उस नूं बख्श दिता, ये उदो भी वड्डी गल सी। सारे गुरसिख माई भाई हैरान हो रहे हन। दाता हूं मैं अदक ही जबे तनु बल जवान। हुण आपस विच संगतां गुरसिख माई भाई वार्तालाप करदे ने, जदों गुरु हरगोबिंद साहिब महाराज वड्डे होणगे, बड़े दाते होणगे, जदों शरीर दे विच जवानी आवेगी, बल भरेगा, बड़ जोधा वो परोपकारी परोपकार करनगे। करहे निहाल अनेक ही जो इनके विद्वान। लो ए जेड़ा इन्हां दे विद्वान दा अर्थ है सामने आ जावेगा, शरण विच आके खलो जावेगा, अनेका नु गुरु महाराज निहाल करनगे। इत्यादक कीरत करत भरत हर खोर बीच। इस तू आद लैके सारे गुरु महाराज की महिमा वडियाई करदे ने, अपने चित विच बहुत खुशी प्रसन्नता नु धारण कर रहे हन। करोड़ यतन कोई करो किम होए इनकी मीच। करोड़ा यतन क्यों ना कर लवे पर गुरु महाराज नु साहिब जादे नु कोई मार नहीं सकदा। भाए हती पनग हत्यो हन्यो को कीन विनाश। वेख लो गुरु महाराज की कैसी शक्ति है, पहला दाई आई ओनू मारे है, फिर सप का उधार किया, हुण ब्राह्मण ने जहर दिती ओनू भी मार दिता। उल्ट परत है तेनू पर बुरा जो चाहे कर आस। ते जेड़ा कोई इच्छा लेके गुरु घर दा बुरा करना चाहता है, ते जेड़ा गुरु घर दे नाल बुरा सलूक करदा उल्टा ओदा बुरा हो जांदा। इस वास्ते भाई गुरु घर दे नाल कदे भी बुरा करना ते एक पासे कदे गुरु घर बारे माड़ा भी सोचना पाप हुंदा। ऐसी गलती किसे नूं भी नहीं करनी चाहीदी। हुण वेख लो तुसीं प्रसंग सुनिया, एक पासे घोर पाप ते दूजे पासे सतगुरु दा दयालु कृपालु बिरद। उस वड्डे पापी नूं गुरु महाराज ने किवें माफ कीता है, बाकी प्रसंग जो अगे आवेगा वह आप संगतां ने कल नूं सरवण करना। सारी संगत दा बहुत बहुत धन्नवाद। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਦਾਈ ਹਤੀ ਪੰਨਗ ਹਨਿਓ ਜਿਜ ਕੋ ਕੀਨ ਬਿਨਾਸ਼। ਉਲਟ ਪਲਟ ਹੈ ਤੈਨੂੰ ਪਰ ਬੁਰਾ ਜੋ ਚਹਿ ਕਰ ਆਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।